ਅਮਨੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਵਿਸ਼ੇਸ਼ ਮਹਿਮਾਨ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ, ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਹੈ, ਜਿਨ੍ਹਾਂ ਦਾ ਆਪਣਾ ਵਿੱਦਿਅਕ ਖੇਤਰ ਦਾ ਇੱਕ ਲੰਬਾ ਤਜਰਬਾ ਹੈ। ਮੈਂ ਦਰਸ਼ਕਾਂ ਦੇ ਲਈ ਇਹ ਵੀ ਕਹਿਣਾ ਚਾਹਾਂਗਾ ਕਿ ਪੰਜਾਬੀ ਜ਼ਬਾਨ ਦੇ ਲਈ, ਪੰਜਾਬੀ ਮਾਤ ਭਾਸ਼ਾ ਦੇ ਲਈ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਿਹਾ ਕਿ ਉਸਦਾ ਬਣਦਾ ਸਥਾਨ ਘੱਟੋ ਘੱਟ ਹਿੰਦੁਸਤਾਨ ਦੇ ਅੰਦਰ ਅਤੇ ਆਪਣੇ ਸੂਬੇ ਦੇ ਅੰਦਰ ਤਾਂ ਜ਼ਰੂਰ ਮਿਲਣਾ ਚਾਹੀਦਾ। ਇਸ ਮੁੱਦੇ 'ਤੇ ਆਉਣ ਦੇ ਲਈ ਡਾਕਟਰ ਸਾਹਿਬ, ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ। ਸ਼ੁਕਰੀਆ ਆਪਣੀ ਟੀਮ ਵੱਲੋਂ, ਆਪਣੇ ਦਰਸ਼ਕਾਂ ਵੱਲੋਂ, ਤੁਹਾਨੂੰ ਜੀ ਆਂ ਆਖਦੇ ਹਾਂ। ਡਾਕਟਰ ਸਾਹਿਬ, ਜਿਸ ਮੁੱਦੇ 'ਤੇ ਆਪਾਂ ਚਰਚਾ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜਾ ਅਹਿਮ ਮਾਮਲਾ ਇਸ ਵੇਲੇ ਸਭ ਤੋਂ ਵੱਧ ਉੱਭਰ ਕੇ ਸਾਹਮਣੇ ਆਇਆ, ਉਹ ਹੈ ਕਿ ਇੱਕ RSS ਦੇ ਜਿਹੜੇ ਵਿੱਦਿਅਕ ਖੇਤਰ ਦੇ ਉਹਨਾਂ ਦੇ ਸਲਾਹਕਾਰ ਹੈਗੇ ਨੇ, ਉਹਨਾਂ ਵੱਲੋਂ ਜਿਸ ਤਰੀਕੇ ਨਾਲ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਚਾਹੇ ਪਾਸ਼ ਨੇ, ਚਾਹੇ ਟੈਗੋਰ ਨੇ, ਚਾਹੇ ਹੁਸੈਨ ਹੈ ਜਾਂ ਗਾਲਬ ਨੇ, ਉਹਨਾਂ ਦੀਆਂ ਰਚਨਾਵਾਂ ਨੂੰ ਕਿਸੇ ਖਾਸ ਪੁਸਤਕਾਂ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਲੱਗਦਾ ਨਹੀਂ ਕਿ ਸਿੱਧੇ ਤੌਰ 'ਤੇ RSS ਨੇ ਟਾਰਗੇਟ ਬਣਾਇਆ ਇਹਨਾਂ ਲੇਖਕਾਂ ਨੂੰ? ਬਿਲਕੁਲ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ, ਕਿਉਂਕਿ ਉਹਨਾਂ ਦਾ ਜਿਹੜਾ ਇੱਕ ਨਿਕਾਤੀ ਪ੍ਰੋਗਰਾਮ ਆ, ਉਸ ਇੱਕ ਨਿਕਾਤੀ ਪ੍ਰੋਗਰਾਮ ਦੇ ਵਿੱਚ ਇਹ ਵੀ ਗੱਲ ਸ਼ਾਮਿਲ ਆ ਕਿ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਅਸਹਿਮਤੀ ਦੀ ਆਵਾਜ਼ ਨੂੰ ਪੈਦਾ ਨਹੀਂ ਹੋਣ ਦੇਣਾ ਜੀ, ਅਤੇ ਜੋ ਅਸਹਿਮਤੀ ਦੀ ਆਵਾਜ਼ ਕਿਤੇ ਪਾਸਟ ਵਿੱਚ ਪੈਦਾ ਹੋਈ ਹੋਈ ਆ, ਉਸ ਨੂੰ ਜਾਂ ਤਾਂ ਡਿਲੀਟ ਕਰ ਦਿੱਤਾ ਜਾਵੇ ਅਤੇ ਜਾਂ ਉਹਨਾਂ ਨੂੰ ਅਕਾਦਮਿਕਤਾ ਤੋਂ ਬਾਹਰ ਕਰ ਦਿੱਤਾ ਜਾਵੇ, ਕਿਉਂਕਿ ਅਕਾਦਮਿਕਤਾ ਇੱਕੋ ਇੱਕ ਐਸੀ ਚੀਜ਼ ਆ ਕਿ ਜਦੋਂ ਛੋਟੀ ਉਮਰ 'ਚ ਵਿਦਿਆਰਥੀ ਪੜ੍ਹਦੇ ਆ, ਉਹਨਾਂ ਦੇ ਉਹ ਵਿਚਾਰ ਉਹਨਾਂ ਦੀ ਮਾਨਸਿਕਤਾ ਦਾ ਹਿੱਸਾ ਬਣਦੇ ਆ ਅਤੇ ਅੱਗੇ ਜਾ ਕੇ ਉਹ ਗਰੋ ਕਰਦੇ ਆ। ਇਸ ਕਰਕੇ ਕਿਉਂ ਨਾ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਪ੍ਰਵੇਸ਼ ਕਰਨ ਹੀ ਨਾ ਦਿੱਤਾ ਜਾਵੇ ਜੀ। ਇਸ ਕਰਕੇ ਚਾਹੇ ਗਾਲਬ ਨੇ, ਚਾਹੇ ਰਵਿੰਦਰਨਾਥ ਟੈਗੋਰ ਨੇ ਅਤੇ ਚਾਹੇ ਪਾਸ਼ ਆ, ਇਸ ਲਈ ਇੱਥੇ ਨਾ ਜ਼ੁਬਾਨ ਦਾ ਕੋਈ ਮਸਲਾ, ਨਾ ਇੱਥੇ ਕਿਸੇ ਬੰਦੇ ਦਾ ਕੋਈ ਮਸਲਾ, ਇੱਥੇ ਮੁੱਖ ਮਸਲਾ ਵਿਚਾਰ ਦਾ ਹੈ। ਸੋ ਇਸ ਕਰਕੇ ਉਹਨਾਂ ਨੂੰ ਇਹ ਆ ਕਿ ਵੀ ਜਿਹੜਾ ਵਿਚਾਰ ਸਾਡੇ ਅਨੁਸਾਰ ਹੀ ਨਹੀਂ, ਉਸ ਨੂੰ ਹਰ ਹੀਲੇ ਬਾਹਰ ਕੱਢ ਦਿਓ। ਇਹ ਸਪਸ਼ਟ ਰੂਪ 'ਚ ਡਾਕਟਰ ਸਾਹਿਬ ਬੜੀ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਕਿ ਵਿਰੋਧੀ ਜਿਹੜੇ ਵਿਚਾਰ ਹੈਗੇ ਉਹਨਾਂ ਨੂੰ ਹਰ ਹੀਲੇ ਜਿਹੜੇ ਗਾ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਕਮਿੰਗ ਜਨਰੇਸ਼ਨ ਉਹਨਾਂ ਤੱਕ ਉਹਨਾਂ ਦਾ ਮੈਸੇਜ ਜਾ ਹੀ ਨਾ ਸਕੇ ਜੀ। ਇਹ ਲੱਗਦਾ ਕਿ ਇਹਦੇ ਪਿੱਛੇ ਕੋਈ ਗਹਿਰੀ ਸਾਜਿਸ਼ ਹੈ? ਨਹੀਂ, ਗਹਿਰੀ ਸਾਜਿਸ਼ ਨਹੀਂ ਹੈ। ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਉਹਨਾਂ ਦਾ ਇੱਕ ਏਜੰਡਾ, ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕੋ ਤਰ੍ਹਾਂ ਦਾ ਕਲਚਰ, ਇੱਕੋ ਤਰ੍ਹਾਂ ਦੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਯੂਪੀ ਦੇ ਵਿੱਚ ਇਹ ਵੀ ਗੱਲ ਕੀਤੀ ਜਾ ਰਹੀ ਆ ਕਿ ਜਿਹੜਾ ਤਾਜ ਮਹਿਲ ਆ ਉਹ ਸਾਡੇ ਭਾਰਤੀ ਕਲਚਰ ਦਾ ਹਿੱਸਾ ਨਹੀਂ ਆ। ਬਹੁਤ ਕੁਝ ਇਹਦਾ ਆ ਰਿਹਾ ਜੀ। ਹਾਂ, ਜਦੋਂ ਕਿ ਉਹ ਤਾਜ ਮਹਿਲ ਦੁਨੀਆ ਦੇ ਵਿੱਚ ਇੱਕ ਹੈਰੀਟੇਜ ਦੇ ਤੌਰ 'ਤੇ ਮਾਨਿਆ ਅਤੇ ਸਨਮਾਨਿਆ ਜਾ ਰਿਹਾ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਉਹਨਾਂ ਦੇ ਇੱਕੋ ਏਜੰਡੇ ਦਾ ਹਿੱਸਾ ਨੇ। ਜੇ ਉਹਦੇ 'ਚ ਕਲਾਮਾਂ ਦੀ ਗੱਲ ਆਉਂਦੀ ਆ, ਚਾਹੇ ਉਹ ਮਕਬੂਲ ਹੁਸੈਨ ਹੋਣੀ ਹੋਣ, ਅਤੇ ਉਹ ਜੇ ਲਿਖਤ ਦੀ ਗੱਲ ਆਉਂਦੀ ਆ, ਚਾਹੇ ਰਵਿੰਦਰਨਾਥ ਟੈਗੋਰ ਹੋਣੀ ਹੋਣ। ਮੈਂ ਟੈਗੋਰ ਹੋਣਾ ਬਾਰੇ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਜੀ, ਮੈਨੂੰ ਸਮੇਂ ਦਾ ਤਾਂ ਨਹੀਂ ਪਤਾ ਕਿ ਕਿੰਨਾ ਨਹੀਂ। ਤੁਸੀਂ ਕਹੋ ਗੱਲ। ਟੈਗੋਰ ਹੋਣਾ ਬਾਰੇ ਪੰਜਾਬ ਦੀ ਬਹੁਤ ਭਾਵਕ ਸਾਂਝ ਮੈਂ ਦੱਸਣੀ ਚਾਹੁੰਦਾ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਰਾਜ ਕਰ ਰਹੇ ਸੀ ਅਤੇ 1919 ਦੇ ਵਿੱਚ ਜਲ੍ਹਿਆਂਵਾਲਾ ਬਾਗ ਦਾ ਸਾਕਾ ਵਾਪਰਦਾ, ਜਿੱਥੇ ਜਨਰਲ ਡਾਇਰ ਅਤੇ ਅਡਵਾਇਰ ਹੋਣੀ ਇਹੋ ਜਿਹੀ ਇੱਕ ਘਟਨਾ ਕਰਦੇ ਆ, ਬਿਲਕੁਲ, ਤਾਂ ਵਾਹਦ ਇੱਕੋ ਇੱਕ ਰਵਿੰਦਰਨਾਥ ਟੈਗੋਰ ਸਨ ਜਿਨ੍ਹਾਂ ਨੇ ਆਪਣੇ 1919 ਦੇ ਸਾਕੇ ਦੇ ਵਿਰੁੱਧ ਆਪਣੇ ਸਰ ਦੀ ਖਿਤਾਬ ਆ ਜਿਹੜਾ ਉਹ ਵਾਪਸ ਕੀਤਾ ਜੀ। ਸੋ ਇਸ ਕਿਸਮ ਦੀ ਸ਼ਖਸੀਅਤ, ਜੇ ਸ਼ਖਸੀਅਤ ਦੀ ਇਹੋ ਜਿਹੀ ਚੀਜ਼ ਹੋਵੇ ਤਾਂ ਉਹ ਸਾਡਾ ਤਾਂ ਉਹਦੇ ਨਾਲ ਵੱਧ ਮੋਹ ਆ ਕਿ ਇਹ ਇਸ ਕਿਸਮ ਦੇ ਸੈਕੂਲਰ ਲੇਖਕ ਆ ਜਿਹੜਾ ਜੀ। ਡਾਕਟਰ ਸਾਹਿਬ, ਜਿਹੜਾ ਹੈਗਾ ਤੁਸੀਂ ਟੈਗੋਰ ਨਾਲ ਜਿਹੜਾ ਪੰਜਾਬੀਆਂ ਦੇ ਮੋਹ ਦਾ ਗੱਲ ਕਰਦੇ ਹੋ, ਮੈਂ ਦਰਸ਼ਕਾਂ ਦੇ ਲਈ ਥੋੜ੍ਹਾ ਇਹ ਵੀ ਜਾਣਨਾ ਚਾਹਾਂਗਾ ਕਿ ਜਿਹੜਾ ਇਹ ਮੋਹ ਹੈ, ਇਹਦੀਆਂ ਮੋਹ ਦੀਆਂ ਤੰਦਾਂ ਸ਼ਾਇਦ ਬਹੁਤ ਜ਼ਿਆਦਾ ਪੀੜੀਆਂ, ਜੇ ਆਪਾਂ ਗੱਲ ਕਰਦੇ ਹਾਂ ਬੰਗਾਲੀਆਂ ਦੀ ਅਤੇ ਪੰਜਾਬੀਆਂ ਦੀ, ਤੁਸੀਂ ਕਹਿਣਾ ਚਾਹੋਗੇ ਇਹਦੇ 'ਤੇ? ਬਿਲਕੁਲ ਬਿਲਕੁਲ ਬਿਲਕੁਲ। ਜੇ ਤੁਸੀਂ ਇਤਿਹਾਸ ਦੇਖੋ ਕਿ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਆਉਣੀ ਸੀ ਅਤੇ ਜਦੋਂ ਗਦਰ ਦੀ ਮੂਵਮੈਂਟ ਚੱਲ ਰਹੀ ਸੀ, ਤਾਂ ਬਹੁਤ ਸਾਰੇ ਗਦਰੀ ਬਾਬੇ ਫੜੇ ਗਏ ਸਨ ਜਿਹੜੇ ਅਮਰੀਕਾ ਕਨੇਡਾ 'ਚੋਂ ਦੇਸ਼ ਨੂੰ ਆਜ਼ਾਦ ਕਰਾਉਣ ਆਏ ਸਨ ਜੀ। ਅਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਇੱਥੇ ਲੀਡਰਸ਼ਿਪ ਦੀ ਲੋੜ ਆ, ਤਾਂ ਰਾਸ ਬਿਹਾਰੀ ਬਹੁਤ ਸੋਹਣਿਆਂ ਨੇ ਆ ਕੇ ਪੰਜਾਬ ਦੇ ਵਿੱਚ ਉਸ ਮੂਵਮੈਂਟ ਨੂੰ ਲੀਡ ਕੀਤਾ ਸੀ। ਉਸ ਤੋਂ ਬਿਨਾਂ ਬਾਅਦ ਭਗਤ ਸਿੰਘ ਹੋਣੀ ਆ, ਅਤੇ ਭਗਤ ਸਿੰਘ ਹੋਣਾ ਨਾਲ ਸਚਿੰਦਰ ਨਾਥ ਸਾਹਨਿਆਲ ਹੋਣਾਂ ਦੇ ਸੰਬੰਧ ਆ। ਸੋ ਜਿਹੜੀ ਗੁਪਤ ਮੂਵਮੈਂਟ ਕ੍ਰਾਂਤੀ ਦੀ ਚੱਲ ਰਹੀ ਆ ਅੰਗਰੇਜ਼ਾਂ ਦੇ ਖਿਲਾਫ, ਉਹ ਬੰਗਾਲੀਆਂ ਅਤੇ ਪੰਜਾਬੀਆਂ ਦੀ ਸਾਂਝ ਦੇ ਵਿੱਚੋਂ ਚੱਲ ਰਹੀ ਆ। ਇਸ ਕਰਕੇ ਜਦੋਂ ਭਗਤ ਸਿੰਘ ਹੋਣੀ ਲਾਹੌਰ ਦੇ ਵਿੱਚ ਸਾਂਡਰਸ ਦੇ ਕਤਲ ਤੋਂ ਬਾਅਦ ਸਭ ਨਾਲੋਂ ਪੈਂਦਾ ਜਾਂਦੇ ਕਲਕੱਤੇ ਆ ਉਹ। ਸੋ ਇਸ ਕਰਕੇ ਪੰਜਾਬ ਅਤੇ ਬੰਗਾਲ ਦੀ ਬੜੀ ਸਾਂਝ ਰਹੀ ਆ। ਇਹ ਸਾਂਝ
1880-82 ਦੇ ਵਿੱਚ ਜਦੋਂ ਟ੍ਰਿਬਿਊਨ ਅਖਬਾਰ ਸ਼ੁਰੂ ਹੁੰਦਾ ਅਤੇ ਦਿਆਲ ਸਿੰਘ ਮਜੀਠੀਏ ਹੋ ਰਹੀ ਆ ਅਤੇ ਇੱਥੇ ਪੰਜਾਬ ਯੂਨੀਵਰਸਿਟੀ ਬਣਨ ਲੱਗਦੀ ਆ, ਤਾਂ ਜਿਹੜੇ ਲਿਟਨਰ ਸੀ ਉਸ ਸਮੇਂ ਉਹ ਇਹ ਕਹਿ ਰਹੇ ਸੀ ਕਿ ਪੰਜਾਬ ਯੂਨੀਵਰਸਿਟੀ ਆ ਜਿਹੜੀ ਇਹ 'ਚ ਈਸਟਰਨ ਭਾਸ਼ਾਵਾਂ ਹੋਣ, ਇਹ ਨਾ ਹੋਣੇ, ਤਾਂ ਉਹਦਾ ਕਾਰਨ ਲੱਭਿਆ ਗਿਆ ਵੀ ਕਿਉਂ। ਉਹਨਾਂ ਨੂੰ ਇਹ ਸੀ ਵੀ ਜੇਕਰ ਪੰਜਾਬ ਯੂਨੀਵਰਸਿਟੀ ਬਣ ਕੇ ਅੰਗਰੇਜ਼ੀ ਰਾਹੀਂ ਵਿੱਦਿਆ ਦਿੱਤੀ ਜਾਣੀ ਆ ਤਾਂ ਪੰਜਾਬ ਦਾ ਬੰਗਾਲ ਵਾਲੇ ਬੰਗਾਲ ਵਾਲਾ ਹਾਲ ਹੋ ਜਾਏਗਾ। ਇਸ ਕਰਕੇ ਪੰਜਾਬ ਅਤੇ ਬੰਗਾਲ ਦੀ ਜਿਹੜੀ ਸਾਂਝ ਆ ਬੜੀ ਪੱਕੀ ਪੀੜ੍ਹੀ ਆ, ਔਰ ਜੇ ਇਹਦੀ ਇਤਿਹਾਸ ਦੇ ਵਿੱਚ ਖੋਜ ਕੀਤੀ ਜਾਵੇ ਹੋਰ ਬਹੁਤ ਸਾਰੀਆਂ ਸਾਂਝਾਂ ਜਿਹੜੀਆਂ ਸਾਡੀਆਂ ਬੰਗਾਲੀਆਂ ਦੇ ਨਾਲ ਮਿਲਦੀਆਂ। ਜੀ ਬਿਲਕੁਲ, ਤੁਸੀਂ ਵੱਡੇ ਇਸ ਮਸਲੇ ਦੇ ਉੱਤੇ ਚਰਚਾ ਕਰ ਰਹੇ ਹੋ। ਮੈਂ ਛੋਟਾ ਜਿਹਾ ਜਵਾਬ ਇਹ ਵੀ ਲੈਣਾ ਚਾਹਾਂਗਾ, ਜਦੋਂ ਤੁਸੀਂ ਗੱਲ ਕੀਤੀ ਹੈ ਟ੍ਰਿਬਿਊਨ ਦੀ, ਤਾਂ ਇਹ ਲੱਗਦਾ ਕਿ ਉਸ ਦੌਰ ਦੇ ਅੰਦਰ ਵੀ ਜਿਹੜਾ ਹੈਗਾ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ ਸਰ ਦਿਆਲ ਸਿੰਘ ਮਜੀਠੀਆ ਦੀ ਪੰਜਾਬੀਆਂ ਨੂੰ ਜਾਗਰਤ ਕਰਨ ਦੇ ਲਈ, ਜੇ ਆਪਾਂ ਸਾਂਝ ਦੀ ਗੱਲ ਕਰਦੇ ਹਾਂ। ਬਹੁਤ ਵੱਡੀ ਪੰਜਾਬ ਯੂਨੀਵਰਸਿਟੀ ਬਣਨ ਦੇ ਪਿੱਛੇ ਦਿਆਲ ਸਿੰਘ ਮਜੀਠੀ ਹੋਰਾਂ ਦਾ ਸੰਘਰਸ਼ ਆ ਜਿਹੜਾ ਇਹਦੇ, ਇਹ ਬਹੁਤ ਹੀ ਲਾਸਾਨੀ ਕਿਸਮ ਦਾ। ਇਸ ਤੋਂ ਬਿਨਾਂ ਮੈਂ ਪੱਤਰਕਾਰੀ 'ਚ ਇੱਕ ਗੱਲ ਕਰਨੀ ਚਾਹਾਂਗਾ ਕਿ 1880 ਤੋਂ ਬਾਅਦ ਉਸ ਸਮੇਂ ਜਦੋਂ ਪੰਜਾਬ ਬਿਲਕੁਲ ਧਾਰਮਿਕ ਲਹਿਰਾਂ ਦਾ ਗੜ੍ਹ ਸੀ, ਜੇ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਸਿੰਘ ਸਭਾ ਲਹਿਰ ਸੀ, ਜੇ ਅਸੀਂ ਇਸਲਾਮ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਅਹਿਮਦੀਆ ਲਹਿਰ ਆ, ਹੋਰ ਬਹੁਤ ਸਾਰੀਆਂ ਲਹਿਰਾਂ ਨੇ, ਆਰੀਆ ਸਮਾਜ, ਬ੍ਰਹਮੋ ਸਮਾਜ, ਹਿੰਦੂਆਂ ਦੀਆਂ ਲਹਿਰਾਂ ਨੇ। ਅਤੇ ਉਸ ਸਮੇਂ ਟ੍ਰਿਬਿਊਨ ਅਖਬਾਰ ਦੀ ਜਿਹੜੀ ਪੋਲਿਸੀ ਬਣੀ ਸੀ ਉਹਦੇ ਵਿੱਚ ਇਹ ਸੀ ਕਿ ਅਸੀਂ ਜਾਤ ਧਰਮ ਅਤੇ ਇਹਨਾਂ ਵਿਤਕਰਿਆਂ ਤੋਂ ਉੱਪਰ ਉੱਠ ਕੇ ਅਸੀਂ ਆਮ ਲੋਕਾਈ ਦੇ ਦੁੱਖਾਂ ਦੀ ਗੱਲ ਕਰਾਂਗੇ। ਸੋ ਉਸ ਸਮੇਂ ਪੱਤਰਕਾਰੀ ਦੇ ਵਿੱਚ ਵੀ ਮਜੀਠੀਏ ਹੋਰਾਂ ਦੀ ਅਤੇ ਟ੍ਰਿਬਿਊਨ ਅਖਬਾਰ ਦੀ ਇੱਕ ਬੜੀ ਵੱਡੀ ਕੰਟਰੀਬਿਊਸ਼ਨ। ਬਿਲਕੁਲ ਡਾਕਟਰ ਸਰ, ਇੰਨਾ ਜਿਹੜਾ ਲੰਬਾ ਸਮਾਂ ਬੀਤ ਜਾਣ ਦੇ ਬਾਅਦ ਵੀ ਆਖਰ ਉਸੇ ਜ਼ਬਾਨ ਦੇ, ਪੰਜਾਬੀ ਜ਼ਬਾਨ ਦੀ ਜਿਹਦੀ ਆਪਾਂ ਗੱਲ ਕਰਦੇ ਹਾਂ, ਉਹਦੇ ਲੇਖਕ ਪਾਸ਼ ਨੂੰ ਜਿਹਦੀ ਸਭ ਤੋਂ ਖਤਰਨਾਕ ਕਵਿਤਾ ਦੇ ਬਾਰੇ 'ਚ ਐਡਾ ਵਾਵੇਲਾ ਖੜਾ ਕੀਤਾ ਗਿਆ ਔਰ ਸਮਿਤੀਆਂ ਵੱਲੋਂ ਕਿਹਾ ਜਾ ਰਿਹਾ ਕਿ ਇਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ, ਮੈਂ ਦਰਸ਼ਕਾਂ ਲਈ ਜਾਣਨਾ ਚਾਹੁੰਦਾ ਕਿ ਕਿਹੜੀ ਐਸੀ ਖਤਰਨਾਕ ਗੱਲ ਹੈ ਪਾਸ਼ ਨੇ ਜਿਹੜੀ ਉਸ ਕਵਿਤਾ ਦੇ ਵਿੱਚ ਕਹੀ, ਆਖਰ ਹੈ ਕੀ ਹੈ? ਜੇ ਮੈਂ ਉਸ ਸਾਰੀ ਕਵਿਤਾ 'ਚੋਂ ਇੱਕ ਜਾਂ ਦੋ ਸਤਰਾਂ ਕੱਢਣੀਆਂ ਹੋਣ, ਕਿਉਂਕਿ ਸਾਰੀ ਕਵਿਤਾ ਹੀ ਵਧੀਆ ਨਹੀਂ ਹੁੰਦੀ, ਕਈ ਵਾਰ ਕਵਿਤਾ ਦੇ ਵਿੱਚ ਬਹੁਤ ਸਾਰੇ ਵੇਰਵੇ ਹੁੰਦੇ ਆ। ਬਿਲਕੁਲ ਠੀਕ ਹੈ। ਉਹ ਕਹਿ ਰਿਹਾ ਵੀ ਪੁਲਿਸ ਦੀ ਕੁੱਟ ਖਤਰਨਾਕ ਨਹੀਂ ਹੁੰਦੀ, ਮੁਖਬਰੀ ਖਤਰਨਾਕ ਨਹੀਂ ਹੁੰਦੀ, ਚੁੱਪ ਚੁਪੀਤੇ ਫੜੇ ਜਾਣਾ ਖਤਰਨੀਕ, ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਕਿਆ ਬਾਤ ਹੈ! ਜਦੋਂ ਬੰਦਾ ਸੁਪਨੇ, ਬੰਦਾ ਹੀ ਇਸ ਸਾਰੇ ਬ੍ਰਹਿਮੰਡ 'ਚ ਕੋਈ ਜੀਵ ਆ ਜਿਹੜਾ ਭਵਿੱਖ ਦੇ ਸੁਪਨੇ ਲੈਂਦਾ, ਯੈਸ, ਅਤੇ ਜੇ ਉਹਦੇ ਸੁਪਨੇ ਹੀ ਮਰ ਜਾਣ, ਉਹ ਸੁਪਨੇ ਕਿਹੜੇ ਆ? ਬਿਹਤਰ ਜੀਵਨ ਦੇ, ਬਿਹਤਰ ਸਮਾਜ ਦੇ, ਬਿਹਤਰ ਲੋਕਾਈ ਦੇ, ਬਿਹਤਰ ਜੀਵਨ ਜਿਉਣ ਦੇ, ਜੇ ਉਹ ਸੁਪਨੇ ਹੀ ਮਰ ਜਾਣ, ਇਸ ਤੋਂ ਪਰੇ ਕੋਈ ਖਤਰਨਾਕ ਚੀਜ਼ ਨਹੀਂ ਹੁੰਦੀ। ਇਹ ਜਿਹੜੀ ਲਾਈਨ ਆ ਉਹ ਮਨੁੱਖਤਾ ਵਿੱਚ ਇੱਕ ਬਿਹਤਰ ਜ਼ਿੰਦਗੀ ਦਾ ਵਿਸ਼ਵਾਸ ਜਗਾਉਣ ਵਾਲੀ ਆ। ਅਸੀਂ ਉਸ ਵਿਸ਼ਵਾਸ ਨੂੰ ਮਾਰਨ ਵਾਲੇ ਹਾਂ, ਕਿਉਂਕਿ ਅਸੀਂ ਉਸ ਵਿਸ਼ਵਾਸ ਦੇ ਵਿਰੁੱਧ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਰੀ ਹਿੰਦੁਸਤਾਨ ਦੀ ਲਕਾਈ ਸਾਡੇ ਵਿਸ਼ਵਾਸ, ਸਾਡੇ ਅਕੀਦੇ ਅਤੇ ਸਾਡੇ ਵਿਚਾਰ ਅਨੁਸਾਰ ਰਹੇ ਅਤੇ ਜੀਵੇ, ਅਤੇ ਜੇ ਉਹ ਸਾਡੇ ਵਿਚਾਰ ਅਨੁਸਾਰ ਦੀ ਨਹੀਂ, ਉਹ ਅਕਾਦਮਿਕਤਾ 'ਚੋਂ ਬਾਹਰ ਕਰ ਦਿਓ, ਉਹਨੂੰ ਸਮਾਜ ਵਿੱਚੋਂ ਬਾਹਰ ਕਰ ਦਿਓ, ਉਹਨੂੰ ਹਰ ਇੱਕ ਚੀਜ਼ ਦੇ ਵਿੱਚੋਂ ਬਾਹਰ ਕਰ ਦਿਓ। ਡਾਕਟਰ ਸਾਹਿਬ, ਹੁਣ ਸਿਚੁਏਸ਼ਨ ਇੱਥੇ ਲਿਆ ਕੇ ਮੁਲਕ ਦੇ ਅੰਦਰ ਖੜੀ ਕੀਤੀ ਜਾ ਰਹੀ ਹੈ ਕਿ ਸਾਡੇ ਲੇਖ, ਚਾਹੇ ਆਪਾਂ ਇਕੱਲੀ ਪੰਜਾਬੀ ਜ਼ਬਾਨ ਦੀ ਗੱਲ ਵੀ ਨਾ ਕਰੀਏ, ਆਪਾਂ ਬੰਗਾਲ ਦੀ ਗੱਲ ਵੀ ਕਰ ਰਹੇ ਹਾਂ, ਦੂਜੀਆਂ ਭਾਸ਼ਾਵਾਂ ਦੀ ਗੱਲ ਵੀ ਕਰ ਰਹੇ ਹਾਂ, ਕੀ ਹੁਣ ਲੇਖਕ ਜਿਹੜੇ ਹੈਗੇ ਉਹਨਾਂ ਨੇ ਕੀ ਲਿਖਣਾ, ਕੀ ਸੋਚਣਾ ਜਾਂ ਕੀ ਸੁਪਨੇ ਲੈਣੇ ਹੈ, ਇਹ ਵੀ ਕੋਈ ਖਾਸ ਪਾਰਟੀ ਵੱਲੋਂ ਜਾਂ ਉਹਨਾਂ ਦੀ ਵਿਚਾਰਧਾਰਾ ਵੱਲੋਂ ਨਿਰਧਾਰਿਤ ਕੀਤਾ ਜਾਏਗਾ ਕਿ ਤੁਸੀਂ ਇਹੋ ਜਿਹਾ ਲਿਖੋ ਅਤੇ ਇੱਦਾਂ ਦਾ ਸੋਚੋ? ਬਹੁਤ ਪੋਲੀਟੀਕਲ ਔਰ ਬੜਾ ਤਿੱਖਾ ਸਵਾਲ ਹੈ, ਇਹਦਾ ਮੈਂ ਜਵਾਬ ਸਾਹਿਤਕ ਦ੍ਰਿਸ਼ਟੀਕੋਣ ਤੋਂ ਹੀ ਦੇਣਾ ਚਾਹੁੰਦਾ ਕਿ ਸਿਰਫ ਇਹ ਹੁਣੇ ਸਿਚੁਏਸ਼ਨ ਨਹੀਂ ਪੈਦਾ ਹੋਈ। ਸਿੱਧੂ ਸਾਹਿਬ, ਤੁਹਾਨੂੰ ਯਾਦ ਹੋਏਗਾ ਕਿ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਪੰਜਾਬ ਦੇ ਅਤੇ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਨੇ ਆਪਣੇ ਇਨਾਮ ਵਾਪਸ ਮੋੜੇ ਆ, ਯੈਸ, ਚਾਹੇ ਉਹ ਨੈਣਤਾਰਾ ਸਹਿਗਲ ਹੋਵੇ। ਸਭ ਨਾਲੋਂ ਮੈਨੂੰ ਇਸ ਗੱਲ ਦਾ ਮਾਣ ਆ ਕਿ ਸਭ ਨਾਲੋਂ ਵੱਡੀ ਗਿਣਤੀ 'ਚ ਪੰਜਾਬੀ ਲੇਖਕਾਂ ਨੇ ਉਹ ਇਨਾਮ ਵਾਪਸ ਕੀਤੇ ਸੀ। ਪੰਜਾਬੀਆਂ 'ਚ ਥੋੜ੍ਹਾ ਅਣਖ ਦੀ ਗੱਲ ਜਿਹੜੀ ਹਮੇਸ਼ਾ ਰਹੀ ਹੈ, ਚਲੋ ਮੈਂ ਇਹਨੂੰ ਅਣਖ ਤਾਂ ਹੋਰ ਪਾਸੇ ਗੱਲ ਜੁੜ ਜਾਂਦੀ ਆ, ਜਾਣੀ ਉਸ ਅਸਹਿਣਸ਼ੀਲਤਾ ਦੇ ਖਿਲਾਫ ਇਹ ਇੱਕ ਆਵਾਜ਼ ਜਿਹੜੀ ਬਣ ਕੇ ਉੱਠੀ। ਅਤੇ ਹੁਣ ਜੇ ਸਵਾਲ ਇਸ ਸਮੇਂ ਇਹ ਨਹੀਂ ਕਿ ਕਿਹੜੀ ਪਾਰਟੀ ਰਾਜ ਕਰ ਰਹੀ ਹੈ ਅਤੇ ਕਿਹੜੀ ਨਹੀਂ ਕਰ ਰਹੀ, ਲੇਖਕ ਤਾਂ ਆਜ਼ਾਦ ਕਿਸਮ ਦੇ ਖਿਆਲਾਂ ਦਾ ਅਤੇ ਆਜ਼ਾਦ ਕਿਸਮ ਦੇ ਸੁਪਨੇ ਲੈਣ ਵਾਲਾ ਉਹ ਬੰਦਾ ਹੁੰਦਾ ਜਿਹੜਾ ਆਉਣ ਵਾਲੇ 100 ਸਾਲਾਂ ਬਾਰੇ ਪਹਿਲਾਂ ਹੀ ਸੋਚ ਰਿਹਾ ਹੁੰਦਾ। ਜੇ ਅਸੀਂ ਲੇਖਕ ਦੇ ਉੱਤੇ ਇਸ ਕਿਸਮ ਦੇ ਪ੍ਰਤੀਬੰਧ, ਲੇਖਕਾਂ ਦੇ ਉੱਤੇ ਇਸ ਕਿਸਮ ਦੀ ਜ਼ਿਆਦਤੀ ਕਰਾਂਗੇ, ਅਸੀਂ ਆਉਣ ਵਾਲੇ 10-20-50 ਸਾਲਾਂ ਬਾਰੇ ਤਾਂ ਕੀ ਸੋਚਣਾ, ਅਸੀਂ ਤਾਂ ਅੱਜ ਹੀ ਉਹ ਚੀਜ਼ਾਂ ਖਤਮ ਕਰਦੇ ਹਾਂ। ਸੋ ਇਸ ਕਰਕੇ ਜਦੋਂ ਵੀ ਕਿਤੇ ਦੁਨੀਆ ਦੇ ਵਿੱਚ ਕਿਸੇ ਕੌਮ ਦੇ
ਵਿਕਾਸ ਦੀ ਗੱਲ ਕੀਤੀ ਜਾਂਦੀ ਆ ਤਾਂ ਉਹ ਵਿਕਾਸ ਇਹ ਹੁੰਦਾ ਕਿ ਉਹ ਕੌਮ ਬੌਧਿਕ ਅਤੇ ਮਾਨਸਿਕ ਤੌਰ 'ਤੇ ਕਿੱਥੇ ਵਿਕਾਸ ਕਰ ਗਈ ਆ। ਬੌਧਿਕ ਅਤੇ ਮਾਨਸਿਕਤਾ ਦਾ ਵਿਕਾਸ ਕਲਾਵਾਂ ਦੇ ਵਿੱਚੋਂ ਪੈਦਾ ਹੁੰਦਾ। ਜੇ ਅਸੀਂ ਕਲਾਵਾਂ ਦੇ ਉੱਤੇ ਇਸ ਕਿਸਮ ਦੇ ਪ੍ਰਤੀਬੰਧ ਲਾਵਾਂਗੇ ਤਾਂ ਅਸੀਂ ਆਪਣੇ ਹਿੰਦੁਸਤਾਨੀਆਂ ਨੂੰ ਬੌਧਿਕ ਅਤੇ ਮਾਨਸਿਕ ਤੌਰ 'ਤੇ ਅਪਾਹਜ ਵੀ ਕਰਾਂਗੇ। ਡਾਕਟਰ, ਤੁਸੀਂ ਬਹੁਤ ਵੱਡੇ ਮੁੱਦੇ 'ਤੇ ਗੱਲ ਕਹਿ ਰਹੇ ਹੋ ਕਿ ਬੌਧਿਕ ਅਤੇ ਮਾਨਸਿਕ ਤੌਰ 'ਤੇ ਅਪਾਸ ਕਰਨ ਦੀ ਗੱਲ, ਉਹਦੇ ਨਾਲ ਹੀ ਜੁੜਿਆ ਵਾ। ਮੈਂ ਛੋਟਾ ਜਿਹਾ ਜਵਾਬ ਇਹ ਵੀ ਲੈਣਾ ਚਾਹੁੰਦਾ ਕਿ ਲੱਗਦਾ ਨਹੀਂ ਕਿ ਇਹਦੇ ਨਾਲ ਸਾਡੀ ਦੇਸ਼ ਦੀ ਜਿਹੜੀ ਵੰਨ ਸੁਵੰਨਤਾ ਦੀ ਅਸੀਂ ਗੱਲ ਕਰਦੇ ਹਾਂ। ਜਿਹੜੇ ਸਾਡੇ ਨਵੇਂ ਰਾਸ਼ਟਰਪਤੀ ਆਏ ਆ, ਉਹਨਾਂ ਨੇ ਵੀ ਇਹਦੇ 'ਤੇ ਕਮੈਂਟਸ ਕੀਤੇ ਵੀ ਵੰਨ ਸੁਵੰਨਤਾ, ਇਸ ਤੋਂ ਪਹਿਲਾਂ ਵਾਲੇ ਵੀ ਕਹਿੰਦੇ ਰਹੇ ਕਿ ਵੰਨ ਸੁਵੰਨਤਾ ਦੇ ਲਈ ਹੀ ਬਹੁਤ ਵੱਡਾ ਇਹ ਖਤਰਾ ਨਹੀਂ ਖੜਾ ਕਿ ਵੀ ਖਤਮ ਹੀ ਕਰ ਦਿਓ ਸਾਰਾ ਕੁਛ। ਪ੍ਰੋਫੈਸਰ ਪੂਰਨ ਸਿੰਘ ਹੁਣੀ ਇੱਕ ਕਵਿਤਾ ਲਿਖਦੇ ਆ, ਅੱਜ ਤੋਂ ਉਹ 100 ਸਾਲ ਪਹਿਲਾਂ ਦੀ ਗੱਲ ਹੀ ਆ। ਉਹ ਲਿਖਦੇ ਆ ਵੀ ਇੱਕ ਹੋਣ ਦਾ ਨਾ ਲਾਈ ਚਾਹ ਤੂੰ, ਜੀ ਜੀ, ਵੱਖਰੇ ਵੱਖਰੇ ਫੁੱਲ ਵੱਖਰੇ ਵੱਖਰੇ ਰੰਗ। ਉਹ ਕਹਿੰਦੇ ਬਾਗ ਇਸ ਕਰਕੇ ਖੂਬਸੂਰਤ ਹੁੰਦਾ ਕਿਉਂਕਿ ਉਹਦੇ 'ਚ ਇੱਕੋ ਤਰ੍ਹਾਂ ਦੇ ਫੁੱਲ ਨਹੀਂ ਹੁੰਦੇ। ਹਿੰਦੁਸਤਾਨ ਦੀ ਖੂਬਸੂਰਤੀ ਹੀ ਇਸ ਦੀ ਵੰਨ ਸੁਵੰਨਤਾ 'ਚ ਜੀ, ਔਰ ਕਿੰਨੀਆਂ ਭਾਸ਼ਾਵਾਂ ਨੇ, ਕਿੰਨੇ ਕਲਚਰ ਨੇ, ਕਿੰਨੀ ਰਹਿਣੀ ਬਹਿਣੀ ਆ, ਇਸ ਦੇ ਬਾਵਜੂਦ ਹਿੰਦੁਸਤਾਨ ਦੇ ਦੀ ਖੂਬਸੂਰਤੀ ਆ ਜਿਹੜੀ ਉਹ ਇਹਨਾਂ ਚੀਜ਼ਾਂ ਦੇ ਕਰਕੇ ਹੀ ਆ। ਹੁਣ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਮੈਂ ਇਸੇ ਮੁੱਦੇ 'ਤੇ ਵਾਪਸ ਆ ਰਿਹਾ। ਆਮਣੋ ਸਾਹਮਣੇ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ। ਡਾਕਟਰ ਸਾਹਿਬ, ਬ੍ਰੇਕ ਤੋਂ ਪਹਿਲਾਂ ਜਿਸ ਮਾਮਲੇ 'ਤੇ ਆਪਾਂ ਗੱਲ ਕਰ ਰਹੇ ਸੀ ਉਹਦੇ ਨਾਲ ਇਹ ਵੀ ਗੱਲ ਕਿਤੇ ਜਾ ਕੇ ਜੁੜ ਜਾਂਦੀ ਹੈ ਕਿ ਜਿਹੜੇ ਪੰਜਾਬੀ 'ਚ ਅੱਜ ਹੋਰ ਵੀ ਬੜੇ ਕੱਦਾਵਾਰ ਲੇਖ, ਨਾਮਵਾਰ ਲੇਖ ਹੈਗੇ ਹੈ, ਇਹ ਸਾਰਿਆਂ ਦੇ ਲਈ ਲੱਗਦਾ ਕਿ ਖਤਰੇ ਦੀ ਘੰਟੀ ਨਹੀਂ ਕਿ ਕੁਛ ਫੋਰਸ ਜੇ ਚਾਹੁੰਦੀਆਂ ਕਿ ਆਹ ਲਿਖਿਆ ਜਾਵੇ ਜਾਂ ਇਹ ਨਾ ਲਿਖਿਆ ਜਾਵੇ, ਕਿ ਉਹਨਾਂ ਦੇ ਮੁਤਾਬਕ ਹੀ ਸਿੱਧਿਆ ਜਾਏਗਾ ਸਾਰਾ ਕੁਛ? ਸਿੱਧੂ ਸਾਹਿਬ, ਪੰਜਾਬ ਦੇ ਵਿੱਚ ਇਸ ਹਾਲਤ ਦੇ ਨਾਲ ਇੱਕ ਹੋਰ ਵੀ ਹਾਲਤ ਪੈਦਾ ਹੋ ਗਈ ਹੈ। ਪਿਛਲੇ ਦਿਨਾਂ ਦੇ ਵਿੱਚ ਜੀ ਬਲਦੇਵ ਸਿੰਘ ਸੜਕਨਾਮੇ ਦਾ ਨਾਵਲ ਸੀ, ਉਹਦੇ ਉੱਤੇ ਇੱਕ ਡਿਬੇਟ ਚੱਲ ਰਹੀ ਹੈ, ਡਿਬੇਟ ਨਹੀਂ ਚੱਲ ਰਹੀ, ਗਾਲੀ ਗਲੋਚ ਚੱਲ ਰਿਹਾ। ਸਵਾਲ ਇਹ ਪੈਦਾ ਹੋ ਗਿਆ ਕਿ ਕੁਝ ਤਾਕਤਾਂ ਇਹ ਚਾਹੁੰਦੀਆਂ ਕਿ ਜੇ ਲਿਖਿਆ ਜਾਵੇ ਸਾਡੇ ਮੁਤਾਬਕ ਲਿਖਿਆ ਜਾਵੇ, ਨਹੀਂ ਲਿਖਿਆ ਬੰਦ ਕਰ ਦੇਣਾ ਚਾਹੀਦਾ। ਔਰ ਇਹ ਬੜੀ ਖਤਰਨਾਕ ਕਿਸਮ ਦੀ ਚੀਜ਼ ਹੁੰਦੀ ਹੈ ਕਿਉਂਕਿ ਜੇ ਅਸੀਂ ਇੱਕੋ ਤਰ੍ਹਾਂ ਦਾ ਲਿਖਾਂਗੇ, ਕਿਸੇ ਦੇ ਮੁਤਾਬਕ ਲਿਖਾਂਗੇ ਤਾਂ ਸਾਡੀ ਕੌਮ ਦਾ ਬੌਧਿਕ ਵਿਕਾਸ ਜਿਹਦੀ ਮੈਂ ਗੱਲ ਕਰ ਰਿਹਾ ਸੀ ਉਹ ਖਤਮ ਹੋ ਜਾਏਗਾ। ਕੌਮਾਂ ਹਮੇਸ਼ਾ ਬੌਧਿਕ ਸੰਵਾਦ ਦੇ ਵਿੱਚੋਂ ਵਿਕਾਸ ਕਰਦੀਆਂ ਹੁੰਦੀਆਂ। ਬੌਧਿਕ ਸੰਵਾਦ ਆ ਜਿਹੜਾ ਉਹ ਦੋ ਵਿਚਾਰਧਾਰਾਵਾਂ ਦੇ ਵਿੱਚ ਆਪਣੇ ਆਪ ਉਦੋਂ ਹੁੰਦਾ ਹੁੰਦਾ। ਇੱਕ ਚੀਜ਼ ਨੂੰ ਮੈਂ ਆਪਣੇ ਨਜ਼ਰੀਏ ਤੋਂ ਦੇਖ ਰਿਹਾ, ਇੱਕ ਨੂੰ ਤੁਸੀਂ ਦੇਖ ਰਹੇ ਹੋ, ਲੇਕਿਨ ਹੋ ਸਕਦਾ ਮੇਰਾ ਨਜ਼ਰੀਆ ਗਲਤ ਹੋਵੇ, ਤੁਹਾਡਾ ਠੀਕ ਹੋਵੇ, ਪਰ ਇਸ ਗੱਲ ਨੂੰ ਸਿੱਧ ਕੌਣ ਕਰੇਗਾ? ਜਦੋਂ ਸਾਡਾ ਡਿਬੇਟ ਹੋਏਗਾ, ਜਦੋਂ ਅਸੀਂ ਇਹ ਬੰਦ ਕਰਨ ਲੱਗ ਜਾਂਦੇ ਹਾਂ, ਡਾਇਲੋਗ ਹੀ ਬੰਦ ਹੋ ਜਾਂਦਾ ਅਤੇ ਉਹਦਾ ਵਿਕਾਸ ਵੀ ਬੰਦ ਹੋ ਜਾਂਦਾ। ਇਸ ਕਰਕੇ ਜੇ ਇਸ ਕਿਸਮ ਦੀ ਜਿਹੜੀ ਹਾਲਤ ਆ ਉਹ ਪੰਜਾਬੀਆਂ ਲਈ ਵੀ, ਅਮੂਮਨ ਭਾਰਤੀਆਂ ਲਈ ਵੀ, ਤੁਸੀਂ ਦੇਖਿਆ ਕਿ ਪਿਛਲੇ ਦੌਰ ਦੇ ਵਿੱਚ ਜਦੋਂ ਪੂਰਵ ਮੱਲੋ ਵਰਗੇ ਬੰਦੇ ਸੀ ਅਤੇ ਜਾਂ ਗੋਬਿੰਦ ਪੰਸਾਰੇ ਵਰਗੇ ਸੀ ਜਾਂ ਹੋਰ ਸੀ, ਕਤਲ ਵੀ ਹੋਇਆ, ਹੋਰ ਬੜਾ ਕੁਝ ਹੋਇਆ, ਇੱਕ ਬੰਦੇ ਨੇ ਤਾਂ ਕਹਿਤਾ ਮੈਂ ਅੱਜ ਤੋਂ ਬਾਅਦ ਲਿਖਾਂਗਾ ਹੀ ਨਹੀਂ। ਇਹਦਾ ਮਤਲਬ ਸਥਿਤੀਆਂ ਇਸ ਕਿਸਮ ਦੀਆਂ ਨੇ। ਸੋ ਜੇ ਬੌਧਿਕ ਸੰਵਾਦ ਆ ਜਿਹੜਾ ਇਹਦੀ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ ਗੱਲ ਬਣਦੀ ਜਾ ਰਹੀ ਆ, ਮੈਨੂੰ ਲੱਗਦਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਇਸ ਲਈ ਵੀ ਖਤਰਨਾਕ ਹੋਏਗਾ ਕਿਉਂਕਿ ਪੰਜਾਬ ਇੱਕ ਸਮੇਂ ਬਹੁਤ ਬਲਦੀ ਦੇ ਬੁੱਥੇ 'ਚੋਂ ਬਾਹਰ ਆਇਆ, ਅਸੀਂ ਕਿਤੇ ਦੁਬਾਰਾ ਉਹੋ ਜਿਹੀਆਂ ਸਥਿਤੀਆਂ ਪੈਦਾ ਨਾ ਕਰ ਲਈਏ। ਡਾਕਟਰ ਸਾਹਿਬ, ਬੜਾ ਨਾਜ਼ੁਕ ਮਾਮਲੇ 'ਤੇ ਆਪਾਂ ਗੱਲ ਕਰ ਰਹੇ ਹਾਂ, ਜਦੋਂ ਤੁਸੀਂ ਗੱਲ ਕਰਦੇ ਹੋ ਕਿ ਇੱਦਾਂ ਪੰਜਾਬ ਦੇ ਅੰਦਰ ਮਾਹੌਲ ਜਿਹੜਾ ਹੈਗਾ ਉਲਝ ਸਕਦਾ, ਉਹੀ ਪੰਜਾਬ ਜੀ ਨੇ ਲੰਬੇ ਸਮੇਂ ਤੋਂ ਸੰਤਾਪ ਵੀ ਭੋਗਿਆ, ਬੇਸ਼ੱਕ ਆਪਾਂ ਅੱਜ ਦਾ ਸਬਜੈਕਟ ਨਹੀਂ ਹੈ ਪਰ ਕਿਤੇ ਜਾ ਕੇ ਗੱਲ ਇਹ ਵੀ ਜੁੜ ਜਾਂਦੀ ਹੈ, ਜਿੱਦਾਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ, ਜਿਸ ਤਰੀਕੇ ਦਾ ਮਾਹੌਲ ਬਣ ਰਿਹਾ ਹੁਣ, ਲੇਖਾਂ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਉਹਦੇ ਨਾਲ ਇੱਦਾਂ ਸਾਰਾ ਕੁਝ ਲੱਗਦਾ ਕਿ ਪੰਜਾਬ 'ਚ ਬਹੁਤ ਕੁਝ ਗੰਦਲਾਪਣ ਹੋ ਰਿਹਾ ਜਿਹਦੇ 'ਚੋਂ ਕੱਲ੍ਹ ਨੂੰ ਮੁੜ ਕੇ ਉਹੋ ਜਿਹੇ ਹਾਲਾਤ ਵੱਲ ਨੂੰ ਵੱਧ ਸਕਦਾ, ਜਿਹਦੇ 'ਚੋਂ ਪੰਜਾਬ ਬੜੀ ਮੁਸ਼ਕਿਲ ਨਾਲ ਬਾਹਰ ਆਏ। ਮੈਂ ਇਸ ਨੂੰ ਇਹ ਤਾਂ ਨਹੀਂ ਕਹਿੰਦਾ ਵੀ ਵੱਧ ਸਕਦਾ, ਕਿਉਂਕਿ ਜਿਸ ਕਿਸਮ ਦੀਆਂ ਘਟੀਆਂ ਕਾਰਵਾਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਸੰਬੰਧਿਤ ਹੋਈਆਂ, ਉਹ ਘਟੀਆ ਕਾਰਵਾਈਆਂ ਨੂੰ ਸਾਡੇ ਲੋਕਾਂ ਨੇ ਕਿਸੇ ਤਰ੍ਹਾਂ ਨਾਲ ਚੰਗਾ ਨਹੀਂ ਸਮਝਿਆ, ਉਹਨਾਂ ਦੀ ਨਿੰਦਿਆ ਕੀਤੀ ਔਰ ਉਹਨਾਂ ਦੇ ਮਗਰ ਨਹੀਂ ਲੱਗੇ। ਇਹ ਗੱਲ ਪੰਜਾਬ ਦੀ ਲਕਾਈ ਦੇ ਬਹੁਤ ਹੱਕ 'ਚ ਜਾਂਦੀ ਆ। ਔਰ ਦੂਸਰੀ ਵੱਡੀ ਗੱਲ ਇਹ ਆ ਕਿ ਅੱਜ ਪੰਜਾਬੀ ਜਿਹੜਾ ਬੰਦਾ ਉਹ ਇਦੋਂ ਵੱਡੀ ਕੀ ਗੱਲ ਕਰ ਸਕਦਾ ਕਿ ਉਹਨੇ ਇਹਨਾਂ ਦੀ ਇਹਨਾਂ ਦਾ ਬਰਖਿਲਾਫ ਗੱਲਾਂ ਕੀਤੀਆਂ ਔਰ ਉਹਨਾਂ ਨੇ ਪੰਜਾਬੀਆਂ ਦੇ ਜਿਹੜੇ ਅਸਲ ਮੁੱਦੇ ਆ ਉਹਨਾਂ ਪ੍ਰਤੀ ਲੋਕਾਂ ਦਾ ਧਿਆਨ ਖਿੱਚਿਆ, ਕਿਸ ਢੰਗ ਨਾਲ ਲੋਕਾਂ ਦੀ ਲੁੱਟ ਹੋ ਰਹੀ ਸੀ ਜਾਂ ਕਿਸ ਢੰਗ ਨਾਲ ਟੈਕਸਾਂ ਦੀ ਸੀ ਜਾਂ ਰੇਤਾ ਬਜਰੀ ਦੀ ਗੱਲ ਸੀ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਸੀ, ਜਿਸ ਢੰਗ ਦਾ ਪਿੱਛੇ ਪੋਲੀਟੀਕਲ ਮਾਹੌਲ ਰਿਹਾ। ਇਸ ਕਰਕੇ
ਪੰਜਾਬੀ ਮੈਨੂੰ ਲੱਗਦਾ ਕਿ ਪੰਜਾਬੀਆਂ ਨੇ ਉਸ ਤੋਂ ਇੱਕ ਸਬਕ ਸਿੱਖਿਆ, ਪੰਜਾਬੀ ਛੇਤੀ ਕਿਤੇ ਉਸੇ ਜੀ ਬਲਦੀ ਦੇ ਬੁੱਥੇ ਨਹੀਂ ਜਾਣਗੇ ਜੀ। ਡਾਕਟਰ ਸਾਹਿਬ, ਪੰਜਾਬੀ ਤਾਂ ਆਪਣੇ ਤੌਰ 'ਤੇ ਜਿੱਦਾਂ ਤੁਸੀਂ ਕਹਿ ਰਹੇ ਇਮਤਿਹਾਨ 'ਚੋਂ ਖਰੇ ਉਤਰ ਰਹੇ ਆ, ਉਤਰੇ ਹੈਗੇ ਆ। ਜਿਸ ਦੀ ਆਪਾਂ ਗੱਲ ਕਰਦੇ ਹਾਂ ਕੇਂਦਰ ਦੀ, ਕੇਂਦਰ ਦੀਆਂ ਸਰਕਾਰਾਂ ਦੀ ਜਾਂ ਦੂਜੀਆਂ ਸਰਕਾਰਾਂ ਜਿਹੜੀਆਂ ਹੈਗੀਆਂ, ਇਹ ਕਿਤੇ ਤੁਸੀਂ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਵੀ ਹੋ, ਲੰਬੇ ਸਮੇਂ ਤੋਂ ਪੰਜਾਬੀ ਹਿੱਤਾਂ ਦੇ ਲਈ ਲੜਦੇ ਵੀ ਆ ਰਹੇ, ਉਹਨਾਂ ਲਈ ਕੰਮ ਕਰ ਰਹੇ ਹੋ, ਇਹ ਨਹੀਂ ਲੱਗਦਾ ਕਿ ਪੰਜਾਬੀ ਨੂੰ ਲੰਬੇ ਸਮੇਂ ਤੋਂ ਸਮਿਆਂ ਦੀਆਂ ਸਰਕਾਰਾਂ ਅਣਗੌਲੀਆਂ ਕਰਦੀਆਂ ਆ ਰਹੀਆਂ, ਔਰ ਜੋ ਹੱਕ ਪੰਜਾਬੀ ਦਾ ਬਣਨਾ ਚਾਹੀਦਾ ਸੀ, ਮਿਲਣਾ ਚਾਹੀਦਾ ਸੀ, ਉਹ ਕਿਤੇ ਲੱਗਦਾ ਦੂਰ ਹੈ? ਉਹ ਵੀ ਦੂਰ ਹੈ ਸਿੱਧੂ ਸਾਹਿਬ। ਭਾਰਤੀ ਸੰਵਿਧਾਨ ਸਾਡੀਆਂ ਭਾਸ਼ਾਵਾਂ ਨੂੰ ਮਾਨਤਾ ਦਿੰਦਾ, ਇਸ ਕਰਕੇ ਸਰਕਾਰ ਕਿਸੇ ਦੀ ਵੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਬੀਜੇਪੀ ਹੋਵੇ, ਚਾਹੇ ਕੋਈ ਹੋਵੇ, ਇਹ ਤਾਂ ਉਹਨਾਂ ਦਾ ਸੰਵਿਧਾਨਿਕ ਤੌਰ 'ਤੇ ਨੈਤਿਕ ਫਰਜ਼ ਬਣਦਾ ਕਿ ਆ ਪੰਜਾਬੀ ਭਾਸ਼ਾ ਦੀ ਰੱਖਿਆ, ਸੁਰੱਖਿਆ ਅਤੇ ਵਿਕਾਸ ਦਾ। ਪਰ ਕਿੱਡੇ ਦੁੱਖ ਦੀ ਗੱਲ ਆ ਕਿ ਸੰਵਿਧਾਨਿਕ ਤੌਰ 'ਤੇ ਚੁਣੀਆਂ ਹੋਈਆਂ ਸਰਕਾਰਾਂ ਸੰਵਿਧਾਨਿਕ ਫਰਜ਼ਾਂ ਦੀ ਪੂਰਤੀ ਨਹੀਂ ਕਰ ਰਹੀਆਂ। ਉਹਦੇ ਲਈ ਲੇਖਕਾਂ ਨੂੰ ਲੜਨਾ ਪੈ ਰਿਹਾ, ਕਲਾਕਾਰਾਂ ਨੂੰ ਲੜਨਾ ਪੈ ਰਿਹਾ, ਕਿਉਂਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਸੀ, ਆਜ਼ਾਦ ਹੋਣ ਤੋਂ ਪਹਿਲਾਂ 1930 'ਚ ਇਹ ਗੱਲ ਸਾਡੀ ਮੂਵਮੈਂਟ ਦੇ ਵਿੱਚ ਸੀ ਕਿ ਅਸੀਂ ਸੂਬਿਆਂ ਦੀ ਬਣਤਰ ਆ ਜਿਹੜੀ ਉਹ ਭਾਸ਼ਾਵਾਂ ਕੇਂਦਰਿਤ ਕਰਾਂਗੇ ਜੀ। ਜੇ ਉਹ ਭਾਸ਼ਾਵਾਂ ਕੇਂਦਰਿਤ ਕੀਤੀ, ਹੁਣ ਭਾਸ਼ਾ ਦੀ ਰੱਖਿਆ ਸੁਰੱਖਿਆ ਦਾ ਵੀ ਮਸਲਾ। ਔਰ ਜਿਸ ਥਾਂ 'ਤੇ ਆਪਾਂ ਬੈਠੇ ਹਾਂ, ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ, ਔਰ ਇਸ ਥਾਂ ਉੱਤੇ ਅੱਜ ਅੰਗਰੇਜ਼ੀ ਭਾਸ਼ਾ ਜਿਹੜੀ ਆ ਉਹ ਪਹਿਲੀ ਭਾਸ਼ਾ ਦਫ਼ਤਰੀ ਦੀ, ਦਫ਼ਤਰਾਂ ਦੀ ਭਾਸ਼ਾ। ਸਰ, ਮੈਂ ਵਿੱਚੋਂ ਟੋਕ ਕੇ ਜਿਹੜਾ ਹੈਗਾ ਤੁਹਾਡਾ ਜਵਾਬ ਜ਼ਰੂਰ ਲੈਣਾ ਚਾਹਾਂਗਾ, ਉਹ ਹੈਗਾ ਕਿ ਮੁਲਕ ਦੇ ਗ੍ਰਹਿ ਮੰਤਰੀ ਨੇ ਅਜੇ ਇੱਕ ਦਿਨ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਜਿਹੜਾ ਚੰਡੀਗੜ੍ਹ ਹੈਗਾ ਉਹਨੂੰ ਉੱਥੇ ਪੰਜਾਬੀ ਜ਼ਬਾਨ ਦੇ ਵਿੱਚ ਜਿਹੜਾ ਹੈਗਾ ਉੱਥੇ ਸਰਕਾਰੀ ਤੌਰ 'ਤੇ ਨਹੀਂ ਅਡੋਪਟ ਕੀਤਾ ਜਾ ਸਕਦਾ, ਉੱਥੇ ਤਾਂ ਅੰਗਰੇਜ਼ੀ ਹੀ ਰਹੇਗੀ, ਜਿਹਦੀ ਤੁਸੀਂ ਗੱਲ ਕਰਦੇ ਹੋ ਕਿ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ। ਮੈਂ ਤਾਂ ਇਹ ਜਦੋਂ ਅੱਜ ਸਟੇਟਮੈਂਟ ਪੜ੍ਹੀ ਤਾਂ ਮੈਂ ਰਾਜਨਾਥ ਸਿੰਘ ਹੋਰਾਂ ਨੂੰ ਬਹੁਤ ਅਦਬ ਅਤੇ ਸਨੇਮਰਤਾ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਉਹ ਲੋਕ ਆਫਿਸਰ ਆਉਂਦੇ ਆ ਜਿਹੜੇ ਅੰਗਰੇਜ਼ੀ ਦੇ ਵਾਕਫ ਆ, ਇੱਥੇ ਦੀਆਂ ਉਹ ਨਹੀਂ। ਮੈਂ ਇਹ ਕਹਿਣਾ ਚਾਹੁੰਦਾ ਕਿ ਹਿੰਦੁਸਤਾਨ ਦੀਆਂ ਬਾਕੀ ਟੈਰੀਟਰੀਜ਼ ਦੇ ਵਿੱਚ ਜਿੱਥੇ ਉਹਨਾਂ ਦੀਆਂ ਭਾਸ਼ਾਵਾਂ ਲਾਗੂ ਕੀਤੀਆਂ ਹੋਈਆਂ, ਉੱਥੇ ਜਿਹੜੇ ਅਫਸਰ ਜਾਂਦੇ ਆ ਉਹਨਾਂ ਦੀ ਭਾਸ਼ਾ ਸਿੱਖ ਕੇ ਜਾਂਦੇ ਆ? ਜੇ ਉਹ ਸਿੱਖ ਕੇ ਜਾਂਦੇ ਆ, ਡਾਕਟਰ ਸਾਹਿਬ, ਜਾਂ ਉਹਨਾਂ ਦੀਆਂ ਅਫਸਰਾਂ ਦੀਆਂ ਭਾਸ਼ਾ ਤੈਅ ਕਰਨਗੀਆਂ ਕਿ ਵੀ ਉਸ ਖਿੱਤੇ ਦੀ ਕਿਹੜੀ ਭਾਸ਼ਾ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਇਸ ਕਰਕੇ ਇਹ ਸੁਧਾ ਐਵੇਂ ਪੋਲੀਟੀਕਲ ਗੱਲ ਜੇ ਐਵੇਂ ਬਣਾ ਕੇ ਗੱਲ ਕਰ ਦਿੱਤੀ ਆ ਕਿ ਇੱਕੋ ਹਿੰਦੁਸਤਾਨ ਦੀ ਟੈਰੀਟਰੀ ਆ ਜਿਸ ਦੇ ਵਿੱਚ ਉਹ ਲੋਕ ਆਉਂਦੇ ਆ ਜਿਨ੍ਹਾਂ ਨੂੰ ਸਾਡੀਆਂ ਭਾਸ਼ਾਵਾਂ ਨਹੀਂ ਆਉਂਦੀਆਂ, ਬਾਕੀ ਟੈਰੀਟਰੀਜ਼ ਦੇ ਵਿੱਚ ਨਹੀਂ ਹਿੰਦੁਸਤਾਨ ਦੇ ਉਹੀ ਅਫੀਸਰ ਜਾਂਦੇ, ਉਹਨਾਂ ਦੀਆਂ ਬਦਲੀਆਂ ਨਹੀਂ ਹੁੰਦੀਆਂ। ਇੱਥੋਂ ਦਾਦਰ ਦੀ ਹੁੰਦੀ ਆ, ਕਿਸੇ ਦੀ ਅੰਡੇਮਾਨ ਨਿਕੋਬਾਰ ਹੁੰਦੀ ਆ, ਇੱਥੋਂ ਚੰਡੀਗੜ੍ਹੋਂ ਵੀ ਜਾਂਦੇ ਆ, ਅਤੇ ਫਿਰ ਉੱਥੇ ਜਾ ਕੇ ਉਹ ਕੀ ਕਰਦੇ ਆ, ਕਿਵੇਂ ਸਿੱਖਦੇ ਆ? ਸੋ ਇਹ ਸਰਾਸਰ ਗੱਲ ਗਲਤ ਆ। ਔਰ ਅਸੀਂ ਤਾਂ ਇਹ ਕਹਿਣੀ ਚਾਹੁੰਦੇ ਹਾਂ ਵੀ ਤੁਸੀਂ ਚਲੋ ਪੰਜਾਬੀ ਨੂੰ ਵੀ ਲਾਗੂ ਨਾ ਕਰੋ, ਤੁਸੀਂ ਭਾਰਤ ਸਰਕਾਰ ਵੱਲੋਂ ਚੰਡੀਗੜ੍ਹ ਦਾ ਸਰਵੇ ਕਰਾ ਲਓ ਵੀ ਬਹੁ ਗਿਣਤੀ ਕਿਹੜੇ ਲੋਕ ਆ, ਬਹੁ ਗਿਣਤੀ ਲੋਕਾਂ ਦੀ ਭਾਸ਼ਾ ਹੀ ਲਾਗੂ ਕਰੋ, ਤੁਸੀਂ ਕਾ ਕਰਕੇ ਤਾਂ ਦੇਖੋ ਨਾ। ਡਾਕਟਰ ਸਾਹਿਬ, ਜਿਹੜੀ ਹੈਗੀ ਇਹਦੇ 'ਚ ਮੈਂ ਥੋੜ੍ਹੀ ਛੋਟੀ ਜਿਹੀ ਗੱਲ ਇਹ ਵੀ ਐਡ ਕਰਨਾ ਚਾਹਾਂਗਾ, ਪੰਜਾਬ ਦੇ ਵਿੱਚ ਜਿੰਨੇ IPS ਅਫਸਰ ਆਉਂਦੇ ਆ, ਜਿੰਨੇ IAS ਅਫਸਰ ਆਉਂਦੇ ਆ, ਉਹ ਕਾਫੀ ਉਹ ਲੋਕ ਆ ਜਿਹੜੇ ਦੂਜੀਆਂ ਸਟੇਟਸ 'ਚੋਂ ਆਏ ਆ, ਪਰ ਹੁਣ ਉਹ ਪੰਜਾਬੀ ਜ਼ਬਾਨ ਨੂੰ ਜਾਣਦੇ ਆ। ਕੀ ਦਿੱਕਤ ਹੈ, ਪੰਜਾਬੀ ਸਿੱਖਣ ਦੀ ਕੋਈ ਦਿੱਕਤ ਹੈ? ਇਹ ਤਾਂ ਜੀ ਹਰ ਇੱਕ ਸਿੱਧੂ ਸਾਹਿਬ ਸਟੇਟਾਂ ਦਾ ਹੈ। ਤੁਸੀਂ ਹੈਰਾਨ ਮਨੋਗੇ ਕਿ ਸਾਊਥ ਦੇ ਵਿੱਚ ਸਾਡੇ ਪੰਜਾਬੀ ਜਿਹੜੇ IAS IPS ਅਫੀਸਰ ਉੱਥੇ ਨੇ, ਇੰਨੀ ਖੂਬਸੂਰਤ ਕੋਈ ਤਾਲਮ, ਕੋਈ ਮਲਿਆਲਮ ਬੋਲਦਾ, ਉਹਨਾਂ ਵਿੱਚ ਹੀ ਕੰਮ ਕਰਦੇ ਆ। ਜੇ ਇੱਕ ਪੰਜਾਬੀ ਜਾ ਕੇ ਤਾਲਮ ਅਤੇ ਮਲਿਆਲਮ ਸਿੱਖ ਸਕਦਾ, ਅਤੇ ਇੱਥੇ ਆ ਕੇ ਵੀ ਉੱਥੇ ਦੇ ਬਹੁਤ ਸਾਰੇ ਲੋਕਾਂ ਨੇ, ਕ੍ਰਿਸ਼ਨ ਕੁਮਾਰ ਨੇ ਬਹੁਤ ਖੂਬਸੂਰਤ ਪੰਜਾਬੀ ਬੋਲਣ ਵਾਲੇ ਬੰਦਿਆਂ 'ਚੋਂ ਮੰਨਿਆ ਪਰਮੰਨੇ ਆਦਮੀ ਨੇ, ਅਤੇ ਜੇ ਉਹ ਸਾਰਾ ਕੁਝ ਕਰ ਸਕਦੇ, ਬਾਕੀ ਕੋਈ ਨਹੀਂ ਕਰ ਸਕਦੇ। ਡਾਕਟਰ ਸਾਹਿਬ, ਮੈਂ ਪੰਜਾਬੀਆਂ ਦੇ ਜਿਹੜੇ ਆਪਣੇ ਆਪ ਨੂੰ ਝੰਡਾ ਬਰਦਾਰ ਸਮਝੇ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਮੇ ਦੀ ਭਾਰਤੀ ਜਨਤਾ ਪਾਰਟੀ, ਲੰਬੇ ਸਮੇਂ ਤੋਂ ਵੈਸੇ ਤਾਂ ਜਦੋਂ ਦਾ ਪੰਜਾਬੀ ਸੂਬਾ ਬਣਿਆ ਉਦੋਂ ਤੋਂ ਹੀ ਉਹਨਾਂ ਦਾ ਰਾਜ ਕਦੇ ਆ ਗਏ ਕਦੇ ਚਲੇ ਗਏ, ਪਰ ਪਿਛਲੇ 10 ਸਾਲ ਤਾਂ ਉਹਨਾਂ ਨੇ ਸੇਵਾ ਕੀਤੀ ਹੈ ਪੰਜਾਬ ਦੀ ਜਿਹੜੀ ਹੈਗੀ ਹੈ। ਤਾਂ ਉਹਨਾਂ ਦੇ ਹੁੰਦਿਆਂ ਹੋਇਆਂ ਤੁਹਾਨੂੰ ਲੱਗਦਾ ਕਿ ਪੰਜਾਬੀ ਮਾਂ ਬੋਲੀ ਜਾਂ ਪੰਜਾਬੀ ਜ਼ਬਾਨ ਦੀ ਕੋਈ ਕਦਰ ਜਾਂ ਕੋਈ ਰੁਤਬਾ ਹਾਸਲ? ਨਹੀਂ, ਬਿਲਕੁਲ ਨਹੀਂ। ਉਹਦੇ ਲਈ ਮੈਂ ਕਹਿਣਾ ਚਾਹਾਂਗਾ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ 2008 ਦੇ ਵਿੱਚ ਦੂਜੀ ਵਾਰ ਰਾਜ ਭਾਸ਼ਾ ਐਕਟ ਪਾਸ ਕਰਦੇ ਆ, ਉਸ ਰਾਜ ਭਾਸ਼ਾ ਐਕਟ 'ਤੇ ਪਹਿਲੇ ਜਿਹੜਾ 1967 ਵਾਲਾ ਲਛਮਣ ਸਿੰਘ ਗਿੱਲ ਹੋਣ ਵਾਲਾ, ਉਹਨਾਂ 'ਚ ਕੋਈ ਬਹੁਤੀ ਵੱਡੀ ਉਹ ਗੱਲ ਨਹੀਂ, ਕੋਈ ਵੀ ਫਰਕ ਵਾਲੀ ਗੱਲ ਨਹੀਂ ਹੈ, ਉਹ ਸਿਰਫ ਕਿਹੜਾ ਜ਼ਮਾਨਾ ਸੀ, ਹੁਣ ਕਿਹੜਾ ਜ਼ਮਾਨਾ, ਉਹ ਐਵੇਂ ਅੱਖਾਂ ਪੂੰਝਣ ਵਾਲੀ ਗੱਲ ਸੀ। ਲਓ ਜੀ, ਪੰਜਾਬੀ ਨੂੰ 12ਵੀਂ ਤੱਕ ਲਾਗੂ ਕਰਤਾ,
ਅਸੀਂ ਇਹ ਕਹਿੰਦੇ ਹਾਂ ਪੰਜਾਬੀ ਨੂੰ ਐਵੇਂ ਤੱਕ ਲਾਗੂ ਕਰ ਦਿਓ, ਪੰਜਾਬੀ ਦਾ ਵਿਕਾਸ ਨਹੀਂ ਹੋਣਾ। ਪੰਜਾਬੀ ਦਾ ਵਿਕਾਸ ਉਦੋਂ ਆਉਣਾ ਜਦੋਂ ਪੰਜਾਬੀ ਨੂੰ ਗਿਆਨ, ਵਿਗਿਆਨ, ਸਿੱਖਿਆ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਓਗੇ ਜੀ। ਪੰਜਾਬੀ ਨੂੰ ਲਾਜ਼ਮੀ ਕਰਨ ਨਾਲ ਨਹੀਂ ਹੋਣਾ। ਇਸ ਕਰਕੇ ਗਿਆਨ, ਵਿਗਿਆਨ ਅਤੇ ਸਿੱਖਿਆ ਨਾਲ ਜਦੋਂ ਜੁੜਿਆ ਹੋਊ, ਰੁਜ਼ਗਾਰ ਨਾਲ ਜੁੜਿਆ ਹੋਊ, ਉਦੋਂ ਹੀ ਪੰਜਾਬੀ ਦੀ ਗਰੰਟੀ ਹੋਏਗੀ, ਪੰਜਾਬੀ ਵਿਕਾਸ ਕਰੇਗੀ। ਔਰ ਬਹੁਤ ਸਾਰੇ ਕਹਿੰਦੇ ਵੀ ਅੰਗਰੇਜ਼ੀ ਤੋਂ ਅਸੀਂ ਪਛੜ ਜਾਂਗੇ। ਸਿੱਧੂ ਸਾਹਿਬ, ਅੰਗਰੇਜ਼ੀ ਬਿਲਕੁਲ ਹੀ ਨਹੀਂ ਪੜ੍ਹਾਈ ਜਾ ਰਹੀ ਪੰਜਾਬ 'ਚ। ਅੰਗਰੇਜ਼ੀ ਨੂੰ ਜ਼ਬਾਨ ਦੇ ਰੂਪ 'ਚ ਤਾਂ ਪੜ੍ਹਾਇਆ ਹੀ ਨਹੀਂ ਜਾ ਰਿਹਾ, ਲਿਟਰੇਚਰ ਰਾਹੀਂ ਪੜ੍ਹਾਇਆ ਜਾ ਰਿਹਾ। ਲਿਟਰੇਚਰ ਨਾਲ ਕਦੇ ਜ਼ਬਾਨ ਨਹੀਂ ਆਉਂਦੀ ਹੁੰਦੀ, ਭਾਸ਼ਾ ਦੇ ਤੌਰ 'ਤੇ ਬਣਾਓ। ਜਦੋਂ ਤੁਸੀਂ ਭਾਸ਼ਾ ਦੇ ਤੌਰ 'ਤੇ ਐਕਸਪਰਟ ਹੋ ਜਾਓਗੇ, ਅੱਜ ਨਾਲੋਂ ਵੱਧ ਅੰਗਰੇਜ਼ੀ ਬਿਹਤਰ ਲੋਕ ਸਾਡੇ ਪੰਜਾਬੀ ਬੋਲਣਗੇ। ਬਿਲਕੁਲ ਠੀਕ ਡਾਕਟਰ ਸਾਹਿਬ, ਮੈਂ ਛੋਟਾ ਜਿਹਾ ਜਵਾਬ ਇਹ ਵੀ ਲੈਣਾ ਚਾਹਾਂਗਾ ਕਿ ਹੁਣ ਸੱਤਾ ਪਰਿਵਰਤਨ ਵੀ ਆਇਆ, ਕੈਪਟਨ ਅਮਰਿੰਦਰ ਦੀ ਸਰਕਾਰ ਆਈ ਹੈ, ਉਮੀਦ ਕਰਦੇ ਹਾਂ ਹੁਣ ਕੋਈ ਉਮੀਦ ਹੈ ਕਿ ਸ਼ਾਇਦ ਪੰਜਾਬੀ ਵੱਲ ਬਿਹਤਰ ਧਿਆਨ ਦਿੱਤਾ ਜਾਏ? ਨਾ ਜੀ, ਉਦੋਂ ਵੀ ਮਾੜੀ ਹਾਲਤ ਹੋ ਗਈ ਹੈ। ਓਕੇ, ਤੁਸੀਂ ਦੇਖੋਗੇ ਕਿ ਸਿੱਖਿਆ ਮੰਤਰੀ ਆਏ, ਉਹਨਾਂ ਨੇ ਆਉਂਦੇ ਕਹਿੰਦਾ ਵੀ 400 ਸਕੂਲਾਂ ਦੇ ਵਿੱਚ ਪਹਿਲੀ ਤੋਂ ਅੰਗਰੇਜ਼ੀ ਸ਼ੁਰੂ ਕੀਤੀ ਜਾ ਰਹੀ ਆ। ਅਸੀਂ ਪੁੱਛੋ ਜੀ ਕਿਉਂ? ਕਹਿੰਦੇ ਜੀ ਤਾਂ ਕਿ ਬੱਚੇ ਪ੍ਰਾਈਵੇਟ ਸਕੂਲਾਂ 'ਚ ਜਾਣਾ ਬੰਦ ਕਰ ਦੇਣ। ਸਵਾਲ ਪੰਜਾਬ ਦੇ ਬੱਚਿਆਂ ਦਾ ਪ੍ਰਾਈਵੇਟ ਸਕੂਲਾਂ 'ਚ ਜਾਣਾ ਇਸ ਕਰਕੇ ਨਹੀਂ ਕਿ ਉੱਥੇ ਅੰਗਰੇਜ਼ੀ 'ਚ ਪੜ੍ਹਾਈ ਜਾਂਦੀ ਆ, ਉਹਦਾ ਕਾਰਨ ਇਹ ਹੈ ਕਿ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਈ ਹੋਈ ਨਹੀਂ ਹੈ। ਤੁਸੀਂ ਪੜ੍ਹਾਈ ਬਿਹਤਰ ਕਰ ਦਿਓ, ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਸਰਕਾਰੀ 'ਚ ਆਉਣ। ਪੜ੍ਹਾਈ ਦਾ ਪੋਸਟਾਂ ਖਾਲੀ ਪਈਆਂ, ਕੋਈ ਇਨਫਰਾਸਟ੍ਰਕਚਰ ਨਹੀਂ, ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ, ਪੰਜ ਪੰਜ ਜਮਾਤਾਂ, ਇੱਕ ਇੱਕ ਟੀਚਰ ਆ, ਕਿਉਂ ਮਾਂ ਬਾਪ ਪੜ੍ਹਾਉਣਗੇ ਆਪਣੇ ਬੱਚੇ ਨੂੰ ਜਿੱਥੇ ਹੈ ਹੀ ਨਹੀਂਗਾ। ਸੋ ਜਦੋਂ ਤੁਸੀਂ ਜੀ ਜਦੋਂ ਸਕੂਲਾਂ ਦੀ ਗੱਲ ਕਰਦੇ ਹੋ, ਤੁਸੀਂ ਪ੍ਰੋਫੈਸਰ ਹੋ, ਯੂਨੀਵਰਸਿਟੀ 'ਚ ਪੜ੍ਹਾਉਂਦੇ ਹੋ ਜਿਹੜਾ ਹੈਗਾ, ਮੈਂ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਲਈ ਵੀ ਜਾਣਕਾਰੀ ਲੈਣਾ ਚਾਹਾਂਗਾ ਕਿ ਵੀ ਜਿਹੜਾ ਇਸ ਵੇਲੇ ਕਾਲਜਾਂ ਦੀ ਸਿਚੁਏਸ਼ਨ ਹੈ, ਉੱਥੇ ਜਿਹੜੇ ਪੰਜਾਬੀ ਦੇ ਪ੍ਰੋਫੈਸਰ ਹੈ ਜਾਂ ਹੋਰ ਹੈ, ਉਹ ਕੀ ਸਥਿਤੀ ਹੈ? 65% ਟੀਚਰ ਆ ਜਿਹੜੇ ਉਹ ਸਿੱਧੂ ਸਾਹਿਬ ਗੈਸਟ ਫੈਕਲਟੀ 'ਤੇ ਪੜ੍ਹਾ ਰਹੇ ਆ, ਉਹ ਰੈਗੂਲਰ ਫੈਕਲਟੀ ਨਹੀਂ ਜੀ। ਰੈਗੂਲਰ ਹੈ ਹੀ ਨਾ, 8,000, 10,000 ਔਰ ਪਿੱਛੇ ਕਰ ਦਿੱਤਾ ਸੀ ਕਿ ਤੁਸੀਂ ਹੈਰਾਨ ਮੰਨੋਗੇ ਕਿ ਜਦੋਂ ਰਵੀ ਸਿੱਧੂ ਚ PPSC ਦੇ ਚੇਅਰਮੈਨ ਸੀ 1997-98 ਦੀ ਮੈਂ ਗੱਲ ਕਰ ਰਿਹਾ, 2017 ਉਦੋਂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਕਾਲਜਾਂ 'ਚ ਸਰਕਾਰੀ ਟੀਚਰ ਕਿਤੇ ਵੀ ਨਹੀਂ ਰੱਖਿਆ। ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ, ਤੁਸੀਂ ਸਾਡੇ ਲਈ ਇੰਨਾ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਡਾਕਟਰ ਸਰਬਜੀਤ ਸਿੰਘ, ਜਿਹੜੇ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਹੈ, ਜਿੱਦਾਂ ਇਹਨਾਂ ਨੇ ਖੁਦ ਵੀ ਕਿਹਾ, ਪੰਜਾਬੀ ਜ਼ਬਾਨ ਦੇ ਲਈ ਤਨੋਂ ਮਨੋਂ ਪੂਰੀ ਆਪਣੇ ਪੰਜਾਬੀ ਸਾਥੀਆਂ ਦੇ ਨਾਲ ਲੜਾਈ ਲੜ ਰਹੇ ਹੈ। ਅਗਲੇ ਹਫ਼ਤੇ ਇੰਝ ਹੀ ਕਿਸੇ ਹੋਰ ਅਹਿਮ ਹਸਤੀ ਦੇ ਨਾਲ ਹੋਏਗੀ ਮੁਲਾਕਾਤ, ਤਦ ਤੱਕ ਲਈ ਜਗਤਾਰ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।